ਸਾਧੂ ਸਿੰਘ ਜੀ, ਅਮਰਜੀਤ ਸਿੰਘ ਜੀ ਸੰਦੋਆ ਜਿਹੜੇ ਤੁਹਾਡੇ ਲੋਕਲ MLA ਨੇ, ਸਾਡੀ ਪਾਰਟੀ ਦੇ ਹੋਰ ਬਹੁਤ ਸਤਿਕਾਰਯੋਗ MLA ਕਈ ਬੋਲ ਗਏ ਕਈ ਨਹੀਂ ਬੋਲ ਸਕੇ, ਸਾਡੀ ਪਾਰਟੀ ਦੇ ਜ਼ੋਨਾਂ ਦੇ ਪ੍ਰੈਜ਼ੀਡੈਂਟ, ਸਾਡੀ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਅਤੇ ਦਰਜਾ ਬਦਰਜਾ ਜਿਹੜੇ ਸਾਡੇ ਆਫਿਸ ਬੇਰਸ ਨੇ, ਤੇ ਸਭ ਤੋਂ ਕੀਮਤੀ ਗੱਲ ਕਿ ਜਿਹੜੇ ਤੁਸੀਂ ਇੱਡੀ ਭੱਖਦੀ ਗਰਮੀ ਦੇ ਵਿੱਚ ਸਾਰੇ ਆਪਣੇ ਇਸ ਰੋਪੜ ਔਰ ਇਰਦ ਗਿਰਦ ਦੇ ਇਲਾਕਿਆਂ ਤੋਂ ਸਾਰੇ ਜਿੰਨੇ ਸਾਡੇ ਸਤਿਕਾਰਯੋਗ ਵਰਕਰ ਇਕੱਤਰ ਹੋਏ ਹੋ, ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰ ਗੁਜ਼ਾਰ ਹਾਂ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਤੁਸੀਂ ਸਾਰੇ ਬਹੁਤ ਜਾਗਦੀ ਜ਼ਮੀਰ ਵਾਲੇ, ਗੈਰਤ ਤੇ ਅਣਖ ਤੇ ਪੰਜਾਬ ਦੇ ਹਿਤੈਸ਼ੀ ਤੇ ਪੰਜਾਬ ਦੀ ਲੜਾਈ ਲੜਨ ਲਈ ਸਾਰੇ ਇੱਥੇ ਇਕੱਤਰ ਹੋਏ ਹੋਏ। ਇੱਕ ਵਾਰ ਜ਼ੋਰਦਾਰ ਤਾੜੀਆਂ ਇੱਥੇ ਪੰਡਾਲ ਵਿੱਚ ਲੋਕੀ ਜਿਹੜੇ ਭੁੱਲੇ ਬੈਠੇ ਤੇ ਕੀਤੀਆਂ ਪੈਣਾ ਉਹਨਾਂ ਵਾਸਤੇ ਮਾਰੋ। ਅੱਜ ਆਪਾਂ ਬਹੁਤ ਚਿੰਤਾਜਨਕ ਮਾਹੌਲ ਵਿੱਚ ਇਕੱਤਰ ਹੋਏ ਹਾਂ। ਅੱਜ ਤੋਂ ਪਹਿਲਾਂ 10 ਸਾਲ ਅਕਾਲੀਆਂ ਦੇ ਰਾਜ ਵਿੱਚ ਬੜੀ ਗੁਰਸ਼ਾਗਰਦੀ ਹੁੰਦੀ ਸੀ, ਮਲੂਕੇ ਵਰਗੇ ਮੰਤਰੀ ਆਪ ਸਾਡੀਆਂ ਧੀਆਂ ਭੈਣਾਂ ਨੂੰ ਚੁਬੇੜਾ ਮਾਰਦੇ ਦੇਖੇ ਗਏ, ਉਸ ਵਕਤ ਵੀ ਪੁਲਿਸ ਦੇ ਉੱਤੇ ਹਮਲੇ ਹੁੰਦੇ ਰਹੇ ਤੇ ਮਜੀਠੀਏ ਦੇ ਇੱਕ ਚੇਲੇ ਨੇ ਅੰਮ੍ਰਿਤਸਰ ਛਾਟਾ ਥਾਣੇ ਦੇ ਥੋੜੇ ਜਿਹੇ ਦੂਰ ਇੱਕ ASI ਦੇ ਉੱਤੇ ਗੋਲੀ ਮਾਰਨ ਤੋਂ ਬਾਅਦ ਉਹਦੇ ਵਰਦੀ ਪਾਈ ਹੋਈ ਉਹਦੇ ਤੇ ਜਿਸਮ ਦੇ ਉੱਤੇ ਲੱਤ ਰੱਖ ਕੇ ਤੇ ਵਿਕਰਮ ਮਜੀਠੀਆ ਜ਼ਿੰਦਾਬਾਦ ਦੇ ਨਾਰੇ ਲਾ ਕੇ ਗਿਆ ਸੀਗਾ। ਲੋਕਾਂ ਨੇ 10 ਸਾਲ ਦਾ ਉਹ ਰਾਜ ਜਿਹੜਾ ਸੀ ਲੁੱਟ ਤੇ ਕਸੁੱਟ, ਉਸ ਦਾ ਸਬਕ ਸਿਖਾਉਣ ਵਾਸਤੇ ਅਕਾਲੀਆਂ ਨੂੰ ਤੋਰਿਆ ਸੀਗਾ। ਇਸ ਉਮੀਦ ਨਾਲ ਅਮਰਿੰਦਰ ਸਿੰਘ ਨੂੰ ਵੋਟਾਂ ਪਾਈਆਂ ਕਿ ਸ਼ਾਇਦ ਇਹ ਅੱਛਾ ਰਾਜ ਪ੍ਰਬੰਧ ਦੇਵੇਗਾ, ਕਿਉਂਕਿ ਉਹਦੇ ਨਾਲ ਕੁਛ ਪਾਣੀਆਂ ਦਾ ਮਸਲਾ ਜੁੜਿਆ ਸੀ। ਲੇਕਿਨ ਮੈਨੂੰ ਬੜੇ ਦੁੱਖ ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਉਸ ਰਿਕਾਰਡ ਨੂੰ 13-14 ਮਹੀਨਿਆਂ ਵਿੱਚ ਤੋੜ ਦਿੱਤਾ ਹੈ, ਕਿਉਂਕਿ ਅੱਜ ਹਮਲੇ ਜਿੱਥੇ ਪੁਲਿਸ ਦੇ ਹੋਏ ਨੇ ਮਾਈਨਿੰਗ ਦੇ ਉੱਤੇ ਸ਼ਰਟੇਲ ਸਿੰਘ ਸੇਖੋਂ, ਜਿਹਨਾਂ ਨੇ ਉਸ ਮਾਈਨਿੰਗ ਮਾਫੀਆ ਦੇ ਖਿਲਾਫ ਲੜਾਈ ਲੜੀ, ਉਹ ਆਪਣੀ ਕੰਪਲੇਂਟ ਲਿਖਾਉਣ ਥਾਣੇ ਗਿਆ ਤੇ ਥਾਣੇ ਨਵਾੜੀ ਦੀਆਂ ਟੀਚਰਾਂ ਗਰੀਬ ਔਰਤਾਂ ਆਪਣੇ ਹਕੂਕ ਲੈਣ ਜਾਂਦੀਆਂ ਉਹਨਾਂ ਨੂੰ ਧੱਕੇ ਚਪੇੜਾ। ਨੌਬਤ ਇਹ ਆ ਗਈ ਕਿ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਅਮਰਜੀਤ ਸਿੰਘ ਸੰਦੋਆ ਤੇ ਦਿਨ ਦਹਾੜੇ ਕਾਤਲਾਨਾ ਹਮਲਾ, ਗੁਰਸ਼ਾਗਰਦਾਂ ਵਾਂਗੂ ਜੋ ਮਾਈਨਿੰਗ ਮਾਫੀਆ ਉਹਦੇ ਅੰਦਰ ਇੰਨੀ ਨਿਡਰਤਾ ਕਿ ਇਹਦੇ ਨਾਲ ਪੁਲਿਸ ਵਾਲੇ ਵਰਦੀ ਵਿੱਚ ਲੈਸ ਆਦਮੀ ਸੀਗੇ, ਲੇਕਿਨ ਉਹਨਾਂ ਨੇ ਇਹਨਾਂ ਦੇ ਹਮਲਾ ਕੀਤਾ, ਇਹਨਾਂ ਦੀਆਂ ਦਸਾਰਾਂ ਪਾਈਆਂ ਔਰ ਜੋ ਕੁਛ ਹੱਥ ਵਿੱਚ ਆਇਆ ਉਹ ਮਾਰਨ ਦੀ ਕੋਸ਼ਿਸ਼ ਕੀਤੀ। ਉਹਦੇ ਨਾਲ ਅਮਰਜੀਤ ਸਿੰਘ ਸੰਦੋਆ ਆਪਣੀ ਜਾਨ ਗਵਾ ਸਕਦਾ ਸੀਗਾ, ਕਿਉਂਕਿ ਜਿਹੜੇ ਹਮਲਾਵਰ ਨੇ ਉਹਨਾਂ ਦੇ ਪਹਿਲਾਂ ਹੀ ਇੱਕ ਕਤਲ ਦੇ ਵਿੱਚ ਉਹ ਦੋਸ਼ੀ ਸਾਬਤ ਹੋ ਚੁੱਕੇ ਨੇ, ਸਜ਼ਾ ਯਾਫਤਾ ਨੇ, ਜਵਾਨਤੇ ਨੇ, ਉਹਨਾਂ ਤੋਂ ਕੀ ਉਮੀਦ ਕਰ ਸਕਦੇ ਆਪਾਂ। ਦੂਸਰਾ ਹਮਲਾ ਡਾਕਟਰ ਸਾਹਿਬ ਨੇ ਹੁਣੇ ਗਿਣਾਇਆ, ਮੈਂ 14 ਮਈ ਨੂੰ ਫਿਰੋਜ਼ਪੁਰ ਵਿੱਚ ਇੱਕ ਪਰਿਵਾਰ ਪਿੰਡ ਝੋਕ ਹਰੀਹਰ, ਦੋ ਔਰਤਾਂ ਉੱਥੇ ਬੈਠੀਆਂ ਸੀ, ਭੁੱਖ ਹੜਤਾਲ ਤੇ, ਕਿਉਂਕਿ ਉੱਥੇ ਕਾਂਗਰਸ ਦੇ ਮਿਲੇ ਉਸਨੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਨਜਾਇਜ਼ ਕਰ ਲਿਆ ਸੀਗਾ। ਮੈਂ ਜਦੋਂ ਪਤਾ ਲੈਣ ਗਿਆ ਉਹਨਾਂ ਬਦਮਾਸ਼ਾਂ ਨੇ, ਕਿਉਂਕਿ ਉਹਨਾਂ ਨੂੰ ਸ਼ਹਿਰ ਸਰਕਾਰ ਦੀ, ਉਹਨਾਂ ਨੇ ਮੇਰੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ, ਮੇਰੇ ਨਾਲ ਵੱਧ ਘੱਟ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ। ਆਹ ਜਿਹੜੀ ਪੁਲਿਸ ਪਿੱਛੇ ਖੜੀ ਆ, ਜਿਹੜੀ ਛੋਟੀ ਪੁਲਿਸ ਆ, ਜਿਹੜੀ ਆਪਣੇ ਸਾਰਿਆਂ ਦੀ ਹਮਾਇਤੀ ਤੇ ਹਿਤੈਸ਼ੀ ਆ, ਉਹਨਾਂ ਨੇ ਜਦੋਂ ਉਹਨਾਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉੱਥੇ ਕਾਂਗਰਸ ਦੇ ਗੁੰਡਿਆਂ ਨੇ ਕੈਮਰੇ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਸਾਹਮਣੇ ਪੁਲਿਸ ਵਾਲਿਆਂ ਦੀਆਂ ਵਰਦੀਆਂ ਪਾੜੀਆਂ, ਚਪੇੜਾਂ ਮਾਰੀਆਂ, ਲੱਤਾਂ ਮਾਰੀਆਂ। ਲੇਕਿਨ ਪੰਜਾਬ ਦੀ ਪੁਲਿਸ ਦੇ ਉੱਪਰਲੇ ਅਫਸਰ, ਜਿਹਨਾਂ ਵਿੱਚ ਕੋਈ ਰੀੜ ਦੀ ਹੱਡੀ ਪਕਾਇਆ ਨਹੀਂ ਗਈ, ਜਿਹੜੇ ਸਿਰ
ਛੋਟੀਆਂ ਛੋਟੀਆਂ ਆਪਣੀਆਂ ਅਹੁਦਿਆਂ ਤੇ ਵਿਰਾਜਮਾਨ ਰਹਿਣ ਵਾਸਤੇ ਪੈਸੇ ਕਮਾਉਣ ਵਾਸਤੇ ਆਪਣੀ ਪੁਲਿਸ ਦੀ ਫੌਜੀ ਹਿਫਾਜ਼ਤ ਨਹੀਂ ਕਰ ਸਕੇ ਲੋਕੋ। ਔਰ ਜਿਹੜਾ ਉੱਥੇ ਐਸ ਐਚ ਓ ਹਾਜ਼ਰ ਸੀਗਾ, ਮੈਂ ਉਸ ਨਾਮ ਦਾ ਪਾਠ ਕਰਾਇਆ, ਗੁਰਜੰਟ ਸਿੰਘ ਫਿਰੋਜ਼ਪੁਰ ਕੈਂਟ ਦਾ ਐਸ ਐਚ ਓ ਸੀ, ਜਿਹੜਾ ਸਾਨੂੰ ਵੀ ਬਚਾਉਂਦਾ ਸੀ, ਆਪਣੀ ਫੋਰਸ ਨੂੰ ਵੀ ਬਚਾਉਂਦਾ ਸੀ। ਗੁੰਡਿਆਂ ਨੂੰ ਕੁਛ ਨਹੀਂ ਕਿਹਾ ਗਿਆ ਤੇ ਗੁਰਜੰਟ ਸਿੰਘ ਦੀ ਸ਼ਾਮ ਨੂੰ ਪਤਾ ਲੱਗਿਆ ਕਿ ਉਸਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਲਾਨਤ ਹੈ ਡੀ ਜੀ ਪੀ ਸਾਹਿਬ ਤੁਹਾਡੀ ਫੋਰਸ ਦੀ ਕਮਾਂਡ ਤੇ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਤੇ ਲਾਨਤ ਹੈ ਤੁਸੀਂ ਕਿ ਵਰਦੀ ਵਾਲੇ ਜਿਹੜੇ ਤੁਹਾਡੇ ਲੋਕੀ ਅੱਗੇ ਪਿੱਛੇ ਫਿਰਦੇ ਨੇ, ਤੁਹਾਡੀ ਹਾਜ਼ਰ ਕਰਦੇ ਨੇ, ਤੁਹਾਡੀਆਂ ਜਾਨਾਂ ਬਚਾਉਂਦੇ ਨੇ, 24 ਘੰਟੇ ਡਿਊਟੀ ਕਰਦੇ ਨੇ, ਤੁਸੀਂ ਉਹਨਾਂ ਦੀ ਜਦੋਂ ਵਰਤ ਆਉਂਦਾ ਉਹਨਾਂ ਦੀ ਤੁਸੀਂ ਵਰਦੀ ਹਿਫਾਜ਼ਤ ਕਰਨ ਵਿੱਚ ਹੋਏ ਹੋ। ਤੀਸਰਾ ਹਾਦਸਾ ਸਿਮਰਜੀਤ ਸਿੰਘ ਬੈਸ, ਲੋਕ ਇਨਸਾਫ ਪਾਰਟੀ ਦਾ MLA, ਵੇਰਕੇ ਦੇ ਮਿਲਕ ਪਲਾਂਟ ਤੇ ਹਮਦਾ 200 ਕਰੋੜ ਰੁਪਏ ਦੇ ਫਰਜ਼ੀ ਦੁੱਧ ਦਾ ਸਕੈਂਡਲ ਉਜਾਗਰ ਕਰਦਾ ਤੱਥਾਂ ਸਮੇਤ, ਤੇ ਪੰਜਾਬ ਸਰਕਾਰ ਬਜਾਏ ਕਿ ਦੋਸ਼ੀਆਂ ਨੂੰ ਫੜਾ, ਕਰਪਟ ਬਜਾਏ ਨੂੰ ਫੜਨਾ, ਸਿਮਰਜੀਤ ਸਿੰਘ ਬੈਸ ਦੇ ਉੱਤੇ ਸ਼ਾਮ ਨੂੰ ਉਲਟਾ ਝੂਠਾ ਪਰਚਾ ਦਰਜ ਕਰਦੀ ਹੈ। ਕਿੱਦਾਂ ਦਾ ਰਾਜ ਪ੍ਰਬੰਧ ਹੈ, ਕਿਸ ਤਰ੍ਹਾਂ ਦੀ ਸਰਕਾਰ ਹੈ, ਕੀ ਲੱਗਦਾ ਇਹ ਕੋਈ ਜਮਹੂਰੀਅਤ ਸਰਕਾਰ ਹੈ, ਕੀ ਲੱਗਦਾ ਕਿ ਇਹ ਸਰਕਾਰ ਕੋਈ ਲੋਕਾਂ ਨੂੰ ਇਨਸਾਫ ਦੇ ਸਕਦੀ ਹੈ। ਔਰ ਜਿਹੜੀ ਮਾਈਨਿੰਗ ਦੀ ਗੱਲ ਹੋਈ, ਰੋਪੜ ਦੀ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਬਦਮਾਸ਼ਾਂ ਨੂੰ ਬਚਾਉਣ ਵਾਸਤੇ, ਹਮਲਾਵਰਾਂ ਨੂੰ ਬਚਾਉਣ ਵਾਸਤੇ ਇੱਕ ਮਨਘੜਤ ਰਿਪੋਰਟ ਪੇਸ਼ ਕਰ ਦਿੱਤੀ, ਜਿਸ ਤਰ੍ਹਾਂ ਇੱਥੋਂ ਕਿਹਾ ਗਿਆ ਕਿ ਕੋਈ ਹਰਸਾ ਵੇਲਾ ਜਾਂ ਕੋਈ ਲਾਗੇ ਦੀ ਖੱਟ ਦੀ ਜਾਂ, ਉਹ ਵੀ ਝੂਠੀ ਜਿਹੜੀ ਬਾਈ ਹਾਰਾ ਪਿੰਡ ਦੀ ਰਿਪੋਰਟ ਆ। ਅਖੇ ਇੱਥੇ ਕੋਈ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ। ਆਹ ਜਿਹੜੇ TV ਚੈਨਲ ਖੜੇ ਨੇ ਮੇਰੇ ਸਾਹਮਣੇ, ਮੇਰਾ ਖਿਆਲ ਕੋਈ ਦਿਨ ਨਹੀਂ ਜਾਂਦਾ ਜਿੱਦਣ ਟੈਲੀਵਿਜ਼ਨ ਦੇ ਵੱਡੇ ਵੱਡੇ ਚੈਨਲ ਸਾਰੇ ਚੈਨਲ ਗੈਰ ਕਾਨੂੰਨੀ ਮਾਈਨਿੰਗ ਦੇ ਹੋ ਰਹੇ ਧੰਦੇ ਨੂੰ ਉਜਾਗਰ ਨਹੀਂ ਕਰਦੇ, ਟਿੱਪਰ ਦਿਖਾ ਦਿੰਦੇ ਨੇ, ਮਸ਼ੀਨਾਂ ਦਿਖਾ ਦਿੰਦੇ ਨੇ, ਚਾਹੇ ਉਹ ਰੋਪੜ ਦੀ ਹੋਵੇ, ਚਾਹੇ ਸੰਧੂ ਸਾਹਿਬ ਖਰੜ ਦੀ ਗੱਲ ਕਰਕੇ ਗਏ, ਚਾਹੇ ਅਜਨਾਲੇ ਵਿੱਚ ਬੱਲਰਵਾਲ ਦੀ, ਚਾਹੇ ਪਠਾਨਕੋਟ ਦੀ। ਭਰਾਓ, ਰੋਪੜ ਦੀ ਐਡਮਿਨਿਸਟ੍ਰੇਸ਼ਨ ਦੇ ਕਲੀਨ ਚਿੱਟ ਦੇ ਦੇਣ ਦੇ ਨਾਲ ਲੋਕਾਂ ਦੇ ਵਿੱਚ ਇਹ ਯਕੀਨ ਨਹੀਂ ਬੱਝਦਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਨਹੀਂ ਹੋ ਰਹੀ। ਜਿਹੜਾ ਸਰਕਾਰੀ ਖੱਡਾਂ ਵੀ ਨੇ, ਮਨਜ਼ੂਰ ਸ਼ੁਦਾ ਨੇ, ਉਹਨਾਂ ਦੀ ਕੋਈ ਡੂੰਘਾਈ ਆ ਕਿ ਤੁਸੀਂ ਇੰਨੇ ਫੁੱਟ ਤੱਕ ਮਾਈਨਿੰਗ ਕਰ ਸਕਦੇ ਹੋ? ਉਹਦੇ ਨਾਲ 5-5, 7-7 ਗੁਣਾ ਡੂੰਘੀ ਮਾਈਨਿੰਗ ਜਦੋਂ ਹੁੰਦੀ ਹੈ, ਉਹ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ। ਅਗਰ ਫਰਜ਼ ਕਰੋ ਇੱਕ ਖੱਡ ਨੂੰ 10 ਏਕੜ ਦਾ ਜਗ੍ਹਾ ਮਿਲੀ ਹੈ ਕਿ ਤੁਸੀਂ 10 ਏਕੜ ਵਿੱਚ ਉਹ ਇੰਨੇ ਟਨ ਮਾਲ ਕੱਢ ਸਕਦੇ ਹੋ, ਉਹ 10 ਏਕੜ ਦੀ ਬਜਾਏ ਮਾਈਨਿੰਗ ਮਾਫੀਆ 50-50, 100-100 ਏਕੜ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਦਾ। ਇਹਦਾ ਮਤਲਬ ਉਹ ਮਨਜ਼ੂਰ ਸ਼ੁਦਾ ਖੰਡ ਵਿੱਚ ਵੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਜਿਹੜੀ ਬਾਕੀ ਦੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ, ਉਹ ਬੇਤਹਾਸ਼ਾ। ਕੈਪਟਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਨਵਾਂ ਸ਼ਹਿਰ ਗਏ ਸੀ ਪਿੱਛੇ ਜੇ, ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਹੈਲੀਕਾਪਟਰ ਚੋਂ ਇੱਕ ਫੋਟੋ ਖਿੱਚੀ ਥੱਲੇ ਸਤਲੁਜ ਦਰਿਆ ਦੇ 6 ਖੱਡਾਂ ਦੀ। ਆਪ ਹੀ ਉਸ ਨੂੰ ਟਵੀਟ ਕੀਤਾ ਤੇ ਟਵੀਟ ਦੇ ਉੱਤੇ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ 6 ਗੈਰ ਕਾਨੂੰਨੀ ਖੱਡਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਛਾਪਾ ਮਾਰ ਦਿੱਤਾ ਹੈ। ਪਰੰਤੂ ਉਸ ਤੋਂ ਬਾਅਦ ਤੁਸੀਂ ਅਮਰਿੰਦਰ ਸਿੰਘ ਦੇ ਮੂੰਹੋਂ ਕੋਈ ਬਿਆਨ ਸੁਣਿਆ ਉਸ 6 ਗੱਡਾਂ ਦੇ ਮੁਤਲਕ? ਕਿਉਂਕਿ ਜਦੋਂ ਉਹਨਾਂ ਨੇ ਤਸਦੀਕ ਕੀਤਾ ਜਹਾਜ਼ ਤੋਂ ਉਤਰ ਕੇ ਥੱਲੇ, ਤਾਂ ਪਤਾ ਲੱਗਿਆ ਕਿ ਉਹਨਾਂ ਖੱਡਾਂ ਦੇ ਵਿੱਚ 1 ਖੱਡ ਮੰਡਾਲਾ, ਉਹਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਕਹਿ ਕੇ ਗਏ ਨੇ ਕਿ ਕਿਤੇ ਹੀ ਜੁਰਮ ਹੋਵੇ ਪੰਜਾਬ ਦੇ ਵਿੱਚੋਂ ਨਿਕਲਦਾ ਰਾਣਾ ਵਾ, ਉਹ ਯਾਦ ਹੈ ਮੈਨੂੰ ਪੁੱਛਣ ਵਾਲਾ ਜਿਹੜਾ ਆਪਾਂ ਸੁੱਟਿਆ ਉੱਥੇ ਮੰਡਾਲਾ ਖੰਡ ਵਿੱਚੋਂ ਰਾਣਾ ਨਿਕਲਿਆ, ਦੂਸਰੀ ਖੰਡ ਚੋਂ ਚਰਨਜੀਤ ਸਿੰਘ ਚੰਨੀ ਮਿਨਿਸਟਰ ਦੇ ਸਾਲੇ ਦਾ ਮੁੰਡਾ ਨਿਕਲਿਆ। ਤੇ ਅਮਰਿੰਦਰ ਸਿੰਘ ਨੇ ਕਿਹਾ ਚੁੱਪ ਕਰ ਜਾਓ, ਪਰਦਾ ਪਾ ਦਿਓ, ਮੁੜ ਕੇ ਨਾ ਕਿਤੇ ਗਲਤੀ ਨਾਲ ਕੋਈ ਮਸਲਾ ਉਠਾਇਓ। ਮੁੜ ਕੇ ਉਸ ਟਵੀਟ ਤੋਂ ਬਾਅਦ ਕੋਈ ਟਵੀਟ ਸੁਣਿਆ ਕੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਖਰਾਬ ਹੋ ਗਿਆ? ਕੀ ਅਮਰਿੰਦਰ ਸਿੰਘ ਹੈਲੀਕਾਪਟਰ ਜੇ ਚਾਹੇ ਅਪ ਸਟ੍ਰੀਮ ਡਾਊਨ ਸਟ੍ਰੀਮ ਦੋ ਹੀ ਦਰਿਆ ਨੇ ਵੱਡੇ, 1-2 ਛੋਟੀਆਂ ਨਦੀਆਂ ਨੇ, ਇੱਕ ਦਿਨ ਦੇ ਵਿੱਚ ਸਾਰੀ ਗੈਰ ਕਾਨੂੰਨੀ ਅਮਰਿੰਦਰ ਸਿੰਘ ਆਪਣੀਆਂ ਅੱਖਾਂ ਦੇ ਨਾਲ ਉਜਾਗਰ ਕਰ ਸਕਦਾ, ਪਰ ਨਹੀਂ ਕਰੇਗਾ। ਕਿਉਂਕਿ 10 ਸਾਲ ਜੇ ਇਸ ਗੈਰ ਕਾਨੂੰਨੀ ਧੰਦੇ ਵਿੱਚੋਂ ਸੈਂਕੜੇ ਕਰੋੜ ਅਕਾਲੀਆਂ ਨੇ ਖਾਧੇ, ਉਸ ਵਕਤ ਅਕਾਲੀ ਇਹਦੇ ਮੇਨ ਭਾਈਵਾਲ ਸੀ ਮਾਈਨਿੰਗ ਮਾਫੀਆ ਦੇ ਨਾਲ। ਸਰਕਾਰ ਬਦਲਣ ਦੇ ਨਾਲ ਅਕਾਲੀ ਦਲ ਦੀ ਭਾਈਵਾਲ ਤਾਂ ਪਿੱਛੇ ਚਲੇ ਗਈ, ਹੈਗੇ ਵਿੱਚ ਹੀ ਨੇ। ਚੀਮਾ ਸਾਹਿਬ ਤੁਸੀਂ ਜਿਹੜੇ ਰੋਕ ਰਹੇ ਹੋ ਨਾ ਸੰਦੋਏ ਨੂੰ, ਤੁਸੀਂ ਵਿੱਚੇ ਹੋ, ਤੇ ਜਿਹੜੇ ਕਾਂਗਰਸੀ ਸੀ ਉਹ ਮੋਹਰੇ ਆ ਗਏ। ਅੱਜ ਮੇਜਰ ਸਟੇਕ ਹੋਲਡਰਸ
ਗੈਰ ਕਲੋਨੀ ਮਾਈਨਿੰਗ ਦੇ ਵਿੱਚ ਕਾਂਗਰਸ ਦੇ ਪੋਲੀਟੀਕਲ ਲੀਡਰ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਮੇਰੇ ਖਿਆਲ ਕੋਈ ਗੱਡੇ ਦੇ ਵੀ ਮਿੱਟੀ ਕੱਢ ਕੇ ਲਿਆਵੇ ਨਾ ਦਰਿਆ ਚ ਉਹਦਾ ਚਲਾਨ ਕਰ ਦਿੰਦੇ, ਗੱਲ ਠੀਕ ਹੈ ਕਿ ਨਹੀਂ? ਠੀਕ ਹੈ। ਤੇ ਤੁਹਾਡਾ ਕੀ ਖਿਆਲ ਹੈ ਕਿ ਜਿਹੜੀ ਇਹ ਇੱਡੇ ਵੱਡੇ ਪੈਮਾਨੇ ਤੇ ਮਾਈਨਿੰਗ ਹੋ ਰਹੀ ਆ, ਇਹ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਤੋਂ ਬਗੈਰ ਹੋ ਰਹੀ ਹੈ? ਉਹਨੂੰ ਪਤਾ ਵਾ ਇਹ ਸਾਡੇ MLA ਲੁੱਟ ਰਹੇ ਨੇ। ਔਰ ਮੈਨੂੰ ਹੁਣ ਸ਼ੁਭਾ ਨਹੀਂ ਕਹਿਣ ਵਿੱਚ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸਦਾ ਹਿੱਸਾ ਪਾਉਂਦਾ, ਤਾਂਹੀਓ ਕੈਪਟਨ ਅਮਰਿੰਦਰ ਸਿੰਘ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ। ਆਮ ਆਦਮੀ ਪਾਰਟੀ ਕਦੀ ਪਹਾੜਾਂ 'ਚ ਚੜ ਜਾਂਦਾ ਵਾ, ਇੱਧਰ ਅੱਗ ਲੱਗੀ ਪਈ ਆ, ਦਰਿਆਵਾਂ 'ਚ ਜ਼ਹਿਰੀਲਾ ਪਾਣੀ ਵਗ ਰਿਹਾ ਵਾ, ਲੋਕਾਂ ਦੀ ਜ਼ਿੰਦਗੀਆਂ 'ਚ ਕੈਂਸਰ ਫੈਲਿਆ ਵਾ, ਮਾਲਵੇ ਦੀ ਧਰਤੀ ਤੇ ਦੋਨਾਂ ਦਰਿਆ ਜਿਹੜੇ ਇਕੱਠੇ ਹੁੰਦੇ ਹਰੀ ਕੇ ਪੱਤੇ ਨੂੰ, ਸਤਲੁਜ ਬਿਆਸ ਤੋਂ ਬਾਅਦ ਮਰੀਆਂ ਹੋਈਆਂ ਮੱਛੀਆਂ ਜੀਵ ਜੰਤੂਆਂ ਦਾ ਪਾਣੀ ਸਾਡੇ ਗਰੀਬ ਮਾਲਵੇ ਦੇ ਲੋਕਾਂ ਦੇ ਜ਼ਿਲ੍ਹਿਆਂ ਦੇ ਵਿੱਚ ਪੀਣ ਵਾਸਤੇ ਦਿੱਤਾ ਜਾਂਦਾ। ਤੇ ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਦੋਸਤਾਂ ਦੇ ਨਾਲ ਮਨਾਲੀ ਵਿੱਚ ਘੁੰਮ ਰਹੇ ਨੇ, ਸੈਲਫੀਆਂ ਲੈ ਰਹੇ ਨੇ। ਲਾਣਤ ਅਮਰਿੰਦਰ ਸਿੰਘ ਤੇਰੇ ਰਾਜ ਭਾਗ ਤੇ, ਜੇ ਤੂੰ ਗਰੀਬਾਂ ਦੀ ਕੋਈ ਪਰਵਾਹ ਨਹੀਂ ਕਰ ਸਕਦਾ, ਜੇ ਤੂੰ ਕੈਂਸਰ ਦੀ ਲੜਾਈ ਨਹੀਂ ਲੜ ਸਕਦਾ, ਜੇ ਤੂੰ ਮਾਈਨਿੰਗ ਮਾਫੀਆ ਨੂੰ ਨੱਥ ਨਹੀਂ ਪਾ ਸਕਦਾ, ਇੱਥੇ ਬੱਸ ਨਹੀਂ ਭਰਾਓ। ਤੁਸੀਂ ਦੇਖ ਲਿਆ ਇੱਕ ਤਹਿਸੀਲਦਾਰ ਦੀ ਵੀਡੀਓ ਆਈ ਆ ਸੋਸ਼ਲ ਮੀਡੀਆ ਤੇ, ਦੇਖੀ ਕਿਸੇ ਨੇ? ਹਰ ਫੂਲ ਸਿੰਘ ਖਮਾਣੋ ਦਾ ਤਹਿਸੀਲਦਾਰ ਵੀਡੀਓ ਕੈਮਰੇ ਦੇ ਉੱਤੇ ਕਹਿ ਰਿਹਾ, ਸਟਿੰਗ ਹੋਇਆ ਉਸਦਾ, ਕਿ ਪੰਜਾਬ ਦੇ ਵਿੱਚ ਕੋਈ ਵੀ ਕੰਮ ਪੈਸੇ ਤੋਂ ਬਗੈਰ ਰਿਸ਼ਵਤਖੋਰੀ ਤੋਂ ਨਹੀਂ ਹੋ ਸਕਦਾ। ਉਸਨੇ ਉਦਾਹਰਣ ਦਿੱਤਾ ਕਿ ਮੇਰਾ ਇੱਕ ਛੋਟਾ ਵੀਰ ਨੈਬ ਤਹਿਸੀਲਦਾਰ ਜੋ ਹੁਣੇ ਹੀ ਭਰਤੀ ਹੋਇਆ PCL ਅਫਸਰ, ਉਹਦੇ ਕੋਲ ਇੱਕ ਕਾਂਗਰਸ ਦਾ MLA 3 ਲੱਖ ਰੁਪਇਆ ਮੰਗਦਾ, ਉਹ ਦਿੱਲੀ ਕਰਾਉਣ ਵਾਸਤੇ 3 ਲੱਖ ਰੁਪਇਆ। ਉਹ ਨੈਬ ਤਹਿਸੀਲਦਾਰ ਦੇ ਮੂੰਹੋਂ ਸੁਣਿਆ ਕਿ ਉਹ ਨੈਬ ਤਹਿਸੀਲਦਾਰ ਕਹਿੰਦਾ, ਮੈਂ ਹਲੇ ਕੁਛ ਲੁੱਟਿਆ ਵੀ ਨਹੀਂ, ਮੈਂ ਕਿਉਂ ਦੇਣਾ 3 ਲੱਖ ਰੁਪਇਆ? ਮੇਰੇ ਕੋਲ ਤਾਂ 1 ਲੱਖ ਰੁਪਇਆ ਹੈਗਾ, ਦੇ ਸਕਦਾ ਵਾ। ਭਰਾਓ, ਸਰਕਾਰੀ ਮੁਲਾਜ਼ਮ ਕੈਦ ਹੋ ਗਿਆ ਕੈਮਰੇ 'ਚ, ਜਿਸਨੇ ਇਲਜ਼ਾਮ ਲਾਏ ਕਿ ਪੋਸਟਿੰਗਾਂ ਪੈਸੇ ਨਾਲ ਹੋ ਰਹੀਆਂ ਪੰਜਾਬ 'ਚ, ਜਿਸਨੇ ਇਲਜ਼ਾਮ ਲਾਏ ਕਿ ਜਿੰਨਾ 15 ਅਗਸਤ 26 ਜਨਵਰੀ ਸਰਕਾਰੀ ਫੰਕਸ਼ਨ ਸਾਨੂੰ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੁੱਟ ਕੇ ਉਹ ਅਫਸਰਾਂ ਨੂੰ ਦੇਣੇ ਪੈਂਦੇ ਨੇ, ਉਹ ਨਾਲੇ ਵੀ ਕਿਹਾ ਉਹਨੇ ਕਿ ਕਿਸੇ ਨੂੰ ਕੋਈ ਕੰਮ ਹੈਗਾ, ਮੈਂ ਆਪਣੇ ਡਿਪਾਰਟਮੈਂਟ 'ਚ ਕਹਿ ਦਿੱਤਾ ਕਿ ਆ ਜਾਓ, ਮੈਂ ਤੁਹਾਡੀਆਂ ਬਦਲੀਆਂ ਕਰਾ ਦੂੰ ਮੇਰੇ ਚੰਗੇ ਤਾਲੁਕਾਤ ਸਾਰਿਆਂ ਦੇ ਨਾਲ। ਅੱਜ ਪੰਜਾਬ 'ਚ ਕੱਲਾ ਤਹਿਸੀਲਦਾਰ ਨਹੀਂ, ਪਰ ਹੁਣ ਦੁਖਦਾਈ ਗੱਲ ਇਹ ਹੈ ਕਿ 72 ਘੰਟੇ ਬੀਤਣ ਤੋਂ ਬਾਅਦ ਅਮਰਿੰਦਰ ਸਿੰਘ ਦੇ ਮੂੰਹ 'ਚ ਲਫ਼ਜ਼ ਨਹੀਂ ਨਿਕਲਿਆ ਭਰਾਓ, ਇੱਕ ਲਫ਼ਜ਼ ਨਹੀਂ ਨਿਕਲਿਆ। ਜਿਹੜੀ ਕਾਂਗਰਸ ਕਹਿੰਦੀ ਸੀਗੀ ਕਿ ਅਸੀਂ 0 ਟੋਲਰੈਂਸ ਟੂ ਕਰਪਸ਼ਨ ਕਰਾਂਗੇ, ਅਸੀਂ ਭ੍ਰਿਸ਼ਟਾਚਾਰ ਉੱਗਣ ਨਹੀਂ ਦੇਵਾਂਗੇ, ਅੱਜ ਉਹਨਾਂ ਦੇ ਤਹਿਸੀਲਦਾਰ ਮੀਡੀਆ ਵਿੱਚ ਬੋਲਦੇ ਨੇ 72 ਘੰਟਿਆਂ 'ਚ ਕਾਂਗਰਸ ਵਿੱਚ ਹਿੰਮਤ ਨਹੀਂ ਗਈ ਕਿ ਉਹਦੇ ਖਿਲਾਫ ਐਕਸ਼ਨ ਲੈ ਲੈਣ। ਵੈਸੇ ਮੈਂ ਉਹਦਾ ਕਸੂਰ ਨਹੀਂ ਸਮਝਦਾ, ਕਿਉਂਕਿ ਇਹ ਜਿਹੜਾ ਕੋਡ ਹੈ, ਜਿਹੜਾ ਭ੍ਰਿਸ਼ਟਾਚਾਰ ਦਾ ਕੋਡ, ਇਹ ਸਾਰੇ ਦੇਸ਼ ਵਿੱਚ ਪੰਜਾਬ ਦੇ ਹਰ ਮਹਿਕਮੇ ਦਾ, ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਦਾ ਕੋਡ ਫੈਲ ਗਿਆ, ਸਿਪਾਹੀ ਲੈ ਕੇ DGP ਦਾ ਕੋਡ ਫੈਲ ਗਿਆ। ਲੇਕਿਨ ਕੈਪਟਨ ਅਮਰਿੰਦਰ ਸਿੰਘ, ਅਸੀਂ ਜਾਂਚ ਨਹੀਂ ਕਰਵਾਵੇਗਾ, ਕੁਐਸਚਨ ਦੇਵੇਗਾ, ਚੌਕਸੀ ਵਿਭਾਗ ਕਦੀ ਕੋਈ ਪਟਵਾਰੀ ਫੜ ਲੈਂਦਾ ਛੋਟਾ ਜਿਹਾ 5000, ਕੋਈ ਜੂਨੀਅਰ ਇੰਜੀਨੀਅਰ ਫੜ ਲੈਂਦਾ ਜੇਈ, ਕੋਈ ਕਲਰਕ ਫੜ ਲੈਂਦਾ, ਜੇ ਅਸਲ ਭ੍ਰਿਸ਼ਟਾਚਾਰ ਉਧਰ ਚੰਡੀਗੜ੍ਹੋਂ ਚੱਲ ਰਹੀ ਆ, ਭਰਾਓ ਚੰਡੀਗੜ੍ਹੋਂ ਚੱਲਦੀ ਆ। ਲੇਕਿਨ ਅਮਰਿੰਦਰ ਸਿੰਘ ਕਿਉਂ ਨਹੀਂ ਫੜਦਾ? ਤੁਹਾਨੂੰ ਪਤਾ ਕਿ ਮੇਰੇ ਕਾਂਗਰਸ ਦੇ MLA ਆਪਣੇ ਆਪਣੇ ਇਲਾਕੇ ਦੇ ਵਿੱਚ ਸਾਰੇ ਥਾਣੇਦਾਰਾਂ ਤੋਂ ਪੈਸੇ ਲੈਂਦੇ ਨੇ, ਸਾਰੇ ਬਿਜਲੀ ਵਾਲਿਆਂ ਤੋਂ ਪੈਸੇ ਲੈਂਦੇ ਨੇ, ਸਰਕਾਰੀ ਡਾਕਟਰਾਂ ਕੋਲ ਮਹੀਨਾ ਲੈਂਦੇ ਨੇ, ਤਹਿਸੀਲਦਾਰਾਂ ਦੇ ਕੋਲੋਂ ਮਹੀਨਾ ਲੈਂਦੇ ਨੇ। ਜਿਹੜੀ ਗੱਲ ਤਹਿਸੀਲਦਾਰ ਨੇ ਕੈਮਰੇ ਤੇ ਆਣ ਕੇ ਪੁਖਤਾ ਕਰ ਦਿੱਤੀ ਭਰਾਓ, ਬਾਕੀ ਤਾਂ ਕੋਈ ਗੱਲ ਰਹਿ ਨਹੀਂ ਗਈ ਪੰਜਾਬ ਦੇ ਵਿੱਚ। ਨਸ਼ਿਆਂ ਦੀ ਗੱਲ ਹੋਈ, ਇੱਥੋਂ ਕੈਪਟਨ ਸਾਹਿਬ ਨੇ ਉਹ ਬੁਢਾ ਚੌਕੇ ਤਲਵੰਡੀ ਸਾਹਿਬਾਂ ਨੂੰ ਸੌਂਹ ਖਾਧੀ ਸੀ ਨਾ, ਬੋਲਦਾ ਅਮਰਿੰਦਰ ਸਿੰਘ ਨਸ਼ੇ ਤੇ? ਹੁਣ ਉਹ ਤਾਂ ਪਹਿਲਾਂ ਵੀ ਉਹ ਚੰਗਾ ਤਾਂ ਲੱਗਦਾ, ਨਾ ਹੀ ਲੈਣਾ ਪੈਣਾ, ਰੂਸਾ ਦਾ ਗਲਾਸ ਹੀ ਖੜਕਦਾ ਨਜ਼ਰ ਆਉਂਦਾ ਆਪਾਂ ਸਾਰਿਆਂ ਨੂੰ, ਸਾਰਿਆਂ ਨੇ ਦੇਖ ਲਿਆ। ਔਰ ਉਸ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਪਿਛਲੇ ਚੰਦ ਦਿਨਾਂ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨ ਬੱਚੇ ਮਰਦੇ ਦਿਖਾਈ ਦੇ ਦਿੰਦੇ ਨੇ, ਨੌਜਵਾਨ ਇੱਥੇ ਸਿਰਾਂ ਚਿੱਟੇ ਦੀਆਂ ਸਿੱਧੀਆਂ ਅਵੇਅਰਨੈਸ ਨਾਲਾਂ ਦੇ ਵਿੱਚ ਸਿੱਧੀਆਂ ਲਾਉਂਦੇ ਆ, ਦਾਦੇ ਜੀ ਕੇ ਅੰਦਰ ਅੰਦਰ ਬਾਹਰ ਕੋਟ ਕਪੂਰੇ ਵਿੱਚ ਔਰਤ ਹੁੰਦੀ ਦੇਖੀ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ, ਸ਼ਹਾਟਾ ਅੰਮ੍ਰਿਤਸਰ ਉਹ ਇੰਨੇ ਜ਼ਿਆਦਾ ਅਠਲੇ, ਪਿਛਲੇ 2 ਕੁ ਦਿਨਾਂ ਵਿੱਚ 5-6 ਮੌਤਾਂ ਤਾਂ ਲੋਕਾਂ ਦੀ ਕਿੱਥੇ ਹੀ ਜਾਣ ਲਏ।
ਪਤਾ ਨਹੀਂ ਕਿੰਨੇ ਅਨਿਆਏ ਨੌਜਵਾਨ ਘਰਾਂ ਦੇ ਵਿੱਚ ਸ਼ਿਕਾਰ ਹੋ ਕੇ ਨਸ਼ੇ ਦੇ ਮਰ ਰਹੇ ਨੇ, ਪਰ ਹਰ ਪਰਿਵਾਰ ਦੇ ਵਿੱਚ ਹਰ ਮਾਂ ਪਿਓ ਵਿੱਚ ਇਹ ਹਿੰਮਤ ਨਹੀਂ ਗਈ ਕਿ ਉਹ ਆਪਣੇ ਬੱਚੇ ਨੂੰ ਨਸ਼ੇੜੀ ਸਵੀਕਾਰ ਕਰਕੇ ਸਮਾਜ ਵਿੱਚ ਸਕੇ। ਬਹੁਤ ਜ਼ਿਆਦਾ ਮੌਤ ਹੋ ਰਹੀਆਂ ਨੇ ਕਿਉਂਕਿ ਨਸ਼ਾ ਪੰਜਾਬ ਦੇ ਵਿੱਚ ਹਰ ਗਲੀ ਹਰ ਕੂਚੇ ਵਿੱਚ ਜਦੋਂ ਸੌਂ ਖਾਧੀ ਸੀ ਉਸ ਤੋਂ ਬਾਅਦ ਜਿਉਂ ਦਾ ਤਿਉਂ ਪੰਜਾਬ ਦੇ ਵਿੱਚ ਨਸ਼ਾ ਪੜਾਓ ਵੇਖਿਆ ਵਾ। ਲੇਕਿਨ ਅਮਰਿੰਦਰ ਸਿੰਘ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲੇਗਾ। ਅਮਰਿੰਦਰ ਸਿੰਘ ਕੇ ਪਾਸ ਮੈਂ ਤੁਹਾਡੇ ਜ਼ਰੀਏ ਪੁੱਛਣਾ ਚਾਹਾਂ ਕਿ ਕੈਪਟਨ ਸਾਹਿਬ ਲੇਖਾ ਔਖਾ ਕਰ ਲਓ, 14 ਮਹੀਨਿਆਂ ਦੇ ਰਾਜ ਤੋਂ ਬਾਅਦ ਇੱਕ ਵਾਰ ਫਿਰ ਗੁਟਕਾ ਚੋਣ ਦੀ ਹਿੰਮਤ ਰੱਖੋ ਗੁਟਕਾ ਸਾਹਿਬ, ਤੇ ਲੋਕਾਂ ਦੀ ਕਿਚੜੀ ਵਿੱਚ ਆਣ ਕੇ ਗੁਟਕਾ ਸਾਹਿਬ ਮੱਥੇ ਤੇ ਲਾ ਕੇ ਸੌਖ ਖਾ ਕੇ ਕਹਿ ਦਿਓ ਕਿ ਪੰਜਾਬ ਦੇ ਵਿੱਚ ਕੋਈ ਨਸ਼ੇ ਨਹੀਂ, ਅਸੀਂ ਸਭ ਕੁਛ ਛੱਡ ਦਿਆਂਗੇ ਭਰਾਓ। ਕਹਿ ਦਿਓ ਜਦ ਦੇ ਵਿੱਚ ਸਹੀ ਪਾਣੀ ਨਹੀਂ, ਅਸੀਂ ਸਭ ਕੁਛ ਛੱਡ ਦਿਆਂਗੇ। ਕਹਿ ਦਿਓ ਪੰਜਾਬ ਦੇ ਖੇਤ ਮਜ਼ਦੂਰ ਦੇ ਜਿਹੜੇ ਕਿਸਾਨ ਆਤਮਦਾਰੀ ਨਹੀਂ ਕਰ ਰਹੇ, ਅਸੀਂ ਛੱਡ ਦਿਆਂਗੇ। ਕਹਿ ਦਿਓ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੇ, ਅਸੀਂ ਸਭ ਛੱਡਾਂਗੇ। ਪਰੰਤੂ ਜੋ ਜ਼ਮੀਨ ਦੀ ਹਕੀਕਤ ਹੈ ਉਹ ਇਹੀ ਆ ਕਿ ਜੋ ਅਕਾਲੀਆਂ ਨੇ ਪੈੜਾਂ ਪਾਈਆਂ ਸੀਗੀਆਂ ਉਹਨਾਂ ਪੈੜਾਂ ਦੇ ਉੱਤੇ ਜਦੋਂ ਇੰਜਣ ਲਾ ਕੈਪਟਨ ਅਮਰਿੰਦਰ ਸਿੰਘ ਨੇ ਉਹ ਸਾਰੀ ਮਾੜੀ ਰਾਜਨੀਤੀ ਨੂੰ, ਭ੍ਰਿਸ਼ਟਾਚਾਰ ਲਿਪਤ ਰਾਜਨੀਤੀ ਨੂੰ, ਨਸ਼ੇ ਦੇ ਮਾਫੀਆ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਭਰਾਓ ਤੁਸੀਂ ਜੋ ਸੁਣ ਕੇ ਹੈਰਾਨ ਹੋਵੋਗੇ ਕਿ ਅਮਰਿੰਦਰ ਸਿੰਘ ਦੇ ਰਾਜ ਵਿੱਚ ਸੁਖਬੀਰ ਸਿੰਘ ਬਾਦਲ ਦੀਆਂ ਬੱਸਾਂ ਦਾ ਵਪਾਰ ਜ਼ਿਆਦਾ ਵਧਿਆ ਵਾ। ਇੱਥੋਂ ਕੀ ਅਰਥ ਨਿਕਲਦਾ ਆਪਾਂ ਨੂੰ? ਚੀਮਾ ਸਾਹਿਬ ਕਹਿੰਦੇ ਨੇ ਅਮਰਜੀਤ ਸਿੰਘ ਨੂੰ ਜਾਣਾ ਨਹੀਂ ਸੀ ਚਾਹੀਦਾ ਖੱਡਾ ਦੇ ਉੱਤੇ, ਕੀ ਅਰਥ ਨਿਕਲਦਾ ਵਾ? ਕਿਉਂਕਿ ਚੀਮਾ ਮਾਈਨਿੰਗ ਮਾਫੀਆ ਦੇ ਨਾਲ ਆਪ ਰਲਿਆ ਹੋਇਆ ਸੀਗਾ। ਅੱਜ ਵੀ ਉਹਨਾਂ ਦੀ ਹਿੱਸੇਦਾਰੀ, ਅਗਰ ਕਾਂਗਰਸ 80 ਪੈਸੇ ਤੇ 20 ਪੈਸੇ ਵਿੱਚ ਅਕਾਲੀ ਅੱਜ ਵੀ ਪਿੱਛੇ ਬੈਠੇ ਨੇ। ਇਸ ਲਈ ਭਰਾਓ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਤੇ ਫੱਟੇ, ਇੱਕੋ ਸਿੱਕੇ ਦੇ ਦੋ ਪਹਿਲੂ। ਜਿਵੇਂ ਅੱਜਾ ਵੀ ਬੋਲਿਆ ਅਮਰਿੰਦਰ, ਇਹਨਾਂ ਨੇ ਆਪਾਂ ਨੂੰ ਅਰਸੇ ਲੁੱਟਿਆ, ਅੱਠ ਅੱਠ ਦਸ ਦਸ ਸਰਕਾਰਾਂ ਬਣਾਉਣ ਦਿੱਤੀਆਂ ਆਪਾਂ ਇਹਨਾਂ ਨੂੰ। ਲੇਕਿਨ ਸਾਡੇ ਪੰਜਾਬ ਚ ਇਹਨਾਂ ਨੇ ਪਹਿਲਾਂ ਤਰੀਕੇ ਨਾਲ ਸਾਡੇ ਤੋਂ ਵਿੱਦਿਆ ਖੋਈ ਆ। ਦੱਸਿਆ ਡਾਕਟਰ ਸਾਹਿਬ ਨੇ ਕਿੰਨਾ ਬਜ ਦਿੱਲੀ ਦੀ ਸਰਕਾਰ ਲਾ ਰਹੀ ਤੇ ਕਿੰਨਾ ਅਸੀਂ ਲਾ ਰਹੇ ਹਾਂ। ਸਾਡੇ ਕੋਲੋਂ ਪਹਿਲਾਂ ਤਾਲੀਮ ਖੋਈ ਤਾਂ ਕਿ ਅਨਪੜ੍ਹ ਹੋ ਜਾਣ ਪੰਜਾਬ ਦੇ ਲੋਕ, ਪੁੱਛਣ ਨਾ ਕੁਛ ਸਾਨੂੰ। ਫਿਰ ਸਾਡੇ ਕੋਲੋਂ ਸਿਹਤ ਸੇਵਾਵਾਂ ਖੋਈਆਂ, ਕਿੰਨੇ ਲੋਕ ਨੇ ਜਿਹੜੇ ਕੈਂਸਰ ਕੋਲੋਂ ਤੇ ਫੋਟਿਸ ਤੇ ਸਕੋਟ ਵਿੱਚ ਕਰਾ ਸਕਦੇ ਹੋ। ਫਿਰ ਸਾਡੇ ਕੋਲੋਂ ਰੋਜ਼ਗਾਰ ਖੋਇਆ, ਸਾਡੇ ਬੱਚੇ ਮਸੂਲ ਇਰਾਕ ਵਿੱਚ ਮਰਨ ਲਈ ਭੇਜੇ, ਸਾਡੇ ਬੱਚੇ USA ਦੇ ਡਿਟੈਂਸ਼ਨ ਸੈਂਟਰਾਂ ਵਿੱਚ ਭੇਜੇ, ਕੌਣ ਨੇ ਜ਼ਿੰਮੇਵਾਰ? ਇਹ ਦੋ ਰਵਾਇਤੀ ਪਾਰਟੀਆਂ, ਦੋ ਰਵਾਇਤੀ ਟੱਬਰ, ਬਾਦਲ ਔਰ ਅਮਰਿੰਦਰ, ਜਿਹਨਾਂ ਨੇ ਦੋ ਦੋ ਤਿੰਨ ਤਿੰਨ ਦਹਾਕਿਆਂ ਤੋਂ ਇਸ ਸਾਰੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ। ਭਰਾਓ ਇਹਨਾਂ ਨੇ ਸਾਡੀ ਗੈਰਤ ਖੋਈ। ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਾਲ ਹੋ ਗਏ, ਉਸ ਦੁਆਰੇ ਦੋ ਨੌਜਵਾਨ ਮਹਿਬਲ ਕਲਾਂ ਗੋਲੀ ਕਾਂਡ ਚ ਪੁਲਿਸ ਨੇ ਮਾਰੇ ਸੀ, ਅੱਜ ਤੱਕ FIR ਅਨਰਜਿਸਟਰਡ ਅਣਪਛਾਤੇ ਬੰਦਿਆਂ ਖਿਲਾਫ ਆ। ਇਹਨਾਂ ਨੇ ਸਾਡੀ ਗੈਰਤ, ਸਾਡੀ ਅਣਖ, ਸਾਡਾ ਇਸ਼ਟ, ਸਾਡਾ ਪਿਓ, ਇਹਨਾਂ ਨੇ ਸਾਨੂੰ ਉਹ ਗੈਰਤ ਸਾਡੇ ਤੋਂ ਖੋਈ। ਪਾਓ ਰਹਿੰਦਾ ਖੋਹਦਾ ਪੰਜਾਬ ਦੇ ਕੋਲ ਇੱਕ ਪਾਣੀ ਸੀ ਚੰਗੇ ਦਰਿਆਵਾਂ ਦਾ, ਪੰਜ ਆਪ ਦੀ ਧਰਤੀ, ਸਾਡਾ ਪਾਣੀ ਇਹਨਾਂ ਨੇ ਖੋਹ ਕੇ ਸਾਡੇ ਨਾਲ ਅਮਰਿੰਦਰ ਸਿੰਘ ਜੀ, ਸਰਦਾਰ ਸੁਖਬੀਰ ਸਿੰਘ ਬਾਦਲ, ਤੁਸੀਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਵਾ। ਤੁਸੀਂ ਸਾਡੇ ਪੰਜਾਬ ਦੀ ਕਚਹਿਰੀ ਵਿੱਚ ਤੁਸੀਂ ਦੋਨੋਂ ਦੋਸ਼ੀ ਹੋ, ਔਰ ਵਾਹਿਗੁਰੂ ਪਰਮਾਤਮਾ ਦੀ, ਈਸ਼ਵਰ ਦੀ ਕਿਰਪਾ ਨਾਲ ਕਹਿੰਦਾ ਉਹ ਅੱਗੇ ਦੂਰ ਨਹੀਂ ਆ, ਆਪਣੀ ਸਰਕਾਰ ਬਣੇਗੀ ਪੰਜਾਬ ਵਿੱਚ ਤੇ ਦੋਨਾਂ ਟੱਬਰਾਂ ਨੂੰ ਸਾਫ ਪੰਜਾਬ ਦੇ ਲੁੱਟੇ ਹੋਏ ਲੋਕਾਂ ਦਾ ਦੇਣਾ ਪਵੇਗਾ। ਮੈਨੂੰ ਇੱਥੋਂ ਗੱਲ ਗਈ ਕਿ MLA ਸਾਹਿਬ ਤੇ ਹਮਲਾ ਕਵਰ ਕਰਨ ਵਾਲੇ ਅੱਜ ਵੀ ਫਰਾਰ ਨੇ। ਜੇ ਪੰਜਾਬ ਪੁਲਿਸ ਚਾਹੇ ਕੋਈ ਫਰਾਰ ਰਹਿ ਸਕਦਾ ਭਰਾਓ? ਇੱਕ ਮਿੰਟ ਦੱਸੋ, ਇੱਕ ਮਿੰਟ ਵਾਸਤੇ ਇਹ ਤਾਂ ਪੜਦਾਦੇ ਦੇ ਚੱਕਣ ਚੱਲ ਜਾਂਦੇ ਨੇ, ਕਬਰਾਂ ਖੋਲ ਕੇ ਬੰਦਾ ਵਿੱਚੋਂ ਲੈ ਆਉਂਦੇ ਨੇ। ਲੇਕਿਨ ਅੱਜ ਜਿਹੜੇ ਦੋ ਮੁੱਖ ਹਮਲਾਵਰ ਨੇ, ਜਿਹੜੇ ਕਿ ਸਦਾ ਸ਼ਾਸਤਾ ਨੇ, ਜਿਹੜੇ ਜ਼ਮਾਨਤ ਤੇ ਨੇ, ਉਹਨਾਂ ਨੂੰ ਅੱਜ ਤੱਕ ਪੁਲਿਸ ਨੇ ਫੜਿਆ। ਇਹਦਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਜਿਹੜੀ ਕਹਿੰਦੀ ਆ ਕਿ ਸੰਦੋਆ ਪੈਸੇ ਲੈਂਦਾ ਵਾ, ਉਸੇ ਆਵਾਜ਼ ਵਿੱਚ ਜਖੜ ਸਾਹਿਬ ਕਹਿੰਦੇ ਆ, ਉਸੇ ਆਵਾਜ਼ ਵਿੱਚ ਕਾਂਗਰਸ ਦੇ ਆ ਧਰਮ ਸਿੰਘ ਪਤਨੀ ਕਿੱਦਾਂ ਸਿਰ ਮਾਰਦਾ ਕਮਲਿਆਂ ਨੂੰ ਟੀਵੀ ਤੇ,
ਉਹ ਵੀ ਕਹਿੰਦਾ ਵਾ ਕਿ ਸੰਡੋਈ ਨੇ ਪੈਸੇ ਲਏ ਨੇ। ਭਰਾਓ ਕਿੰਨੇ ਪੈਸੇ ਲਏ? ਕਹਿੰਦੇ 5 ਲੱਖ ਰੁਪਈਆ। ਤੇ ਤੁਹਾਡਾ ਜਿਹੜਾ ਬਾਪੂ ਰਾਣੇ ਜੋ ਅਸੀਂ ਰਾਣੇ ਨੂੰ ਹਟਾਇਆ ਜਿਹੜਾ ਮੁੱਛਾਂ ਵਾਲਾ, ਪਤਾ ਉਸਨੇ ਕਿੰਨੇ ਪੈਸੇ ਲਏ ਸੀ? ਕਿਹਦੇ ਕੋਲੋਂ ਲਏ ਸੀਗੇ? ਜਦੋਂ ਖੰਡਾ ਦਾ ਮਸਲਾ ਆਇਆ ਉਸਨੇ ਭਰਾਓ 5 ਕਰੋੜ ਰੁਪਈਆ ਰਾਣੇ ਗੁਰਜੀਤ ਨੇ ਉਹਦੇ ਕੋਲੋਂ ਬੈਂਕ ਰਾਹੀਂ ਲਿਆ। ਇਹ ਗੱਲ ਤਸਦੀਕ ਕੀਤੀ ਹੈ ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਨੇ। ਅਮਰਿੰਦਰ ਸਿੰਘ ਕਰਾ ਸਾਡੇ ਖਿਲਾਫ ਇਨਕੁਆਇਰੀ। ਸਾਡੇ ਐਮ ਐਲ ਏ ਨੇ ਤਾਂ ਕਹਿਤਾ ਕਿ CBI ਦੀ ਜਾਂਚ ਮਨਜ਼ੂਰ ਹੈ। ਸਾਨੂੰ ਛਾਤੀ ਦਾ ਕਹਿੰਦਾ ਵਿਕਰਮ ਮਜੀਠੀਆ CBI ਦੀ ਜਾਂਚ ਮਨਜ਼ੂਰ ਹੈ ਮੈਨੂੰ ਕਹਿੰਦਾ, ਨਹੀਂ ਨਾ ਕਹਿੰਦਾ ਭਰਾਓ ਸੱਚਾ ਬੰਦਾ ਕਹਿ ਸਕਦਾ ਸਿਰਫ ਅਮਰਜੀਤ ਸਿੰਘ ਨੇ ਕਹਿਤਾ ਕਿ ਮੈਂ CBI ਦੀ ਜਾਂਚ ਨੂੰ ਮਨਜ਼ੂਰ ਹਾਂ। ਪਰ ਮੇਰੀ ਅਮਰਿੰਦਰ ਸਿੰਘ ਨੂੰ ਤੇ ਵਿੱਚ ਚੀਮਾ ਸਾਹਿਬ ਵਿੱਚ ਇਹ ਗੱਲ ਹੀ ਉਹ ਤੁਹਾਨੂੰ ਚੁਣੌਤੀ ਆ ਕਿ ਨਾਲ 5 ਕਰੋੜ ਰੁਪਈਆ ਰਿਸ਼ਵਤ ਖੋਰੀ ਰਾਣੇ ਗੁਰਜੀਤ ਦੀ ਇਹਦੀ ਵਿੱਚ ਪਾਓ, ਇਹਦੀ ਵਿੱਚ ਤਸਦੀਕ ਹੋਵੇ ਤੁਹਾਡਾ ਰੰਗ ਕੌਣ ਸੱਚਾ ਤੇ ਕੌਣ ਝੂਠਾ ਹੈ। ਇਸ ਲਈ ਇਹ ਵਾਰ-ਵਾਰ ਰਹਿਣਾ ਪੰਜਾਬ 'ਚ। ਅਸੀਂ ਜਾ ਰਹੇ ਹਾਂ ਅੱਗੇ ਕਰਕੇ ਅਗਲਾ ਪ੍ਰੋਗਰਾਮ ਦੇਵਾਂਗੇ, ਪਰ ਅਗਲੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਗੱਲ ਮੈਂ ਕਹਿ ਕੇ ਚੱਲਿਆ, ਚੀਮਾ ਸਾਹਿਬ ਤੁਸੀਂ ਵੀ ਸੁਣ ਲਓ, ਕਾਂਗਰਸੀਓ ਤੁਸੀਂ ਵੀ ਸੁਣ ਲਓ। ਤੁਹਾਨੂੰ ਜੇ ਲੱਗਦਾ ਕਿ ਅਸੀਂ ਕੋਈ ਕਾਇਆ ਡਰਪੋਕ ਆਦਮੀ ਆ ਤੇ ਐਵੇਂ ਕਿਸੇ ਇੱਕ ਦੋ ਬਦਮਾਸ਼ਾਂ ਦੇ ਹਮਲੇ ਨਾਲ ਅਸੀਂ ਲੜ ਜਾਵਾਂਗੇ, ਗਲਤ ਗੱਲ ਆ। ਮੈਂ ਤੇ ਅਮਰਜੀਤ ਸਿੰਘ ਸੰਦੋਆ ਕੱਲ ਨੇ ਤਾਂ ਪਰਸੋਂ ਅਸੀਂ ਖੱਡ ਦੇ ਵੱਜਾਂਗੇ ਜਾ ਕੇ ਜਿੱਥੇ ਇਹ ਗੱਲ ਖੁਲਾਸਾ ਕਰਾਂਗੇ, ਪਰਦਾ ਫਾਸ਼ ਕਰਾਂਗੇ। ਜਿਹੜੀ ਕਹਿੰਦੇ ਕਿ ਗੈਰ ਕਾਨੂੰਨੀ ਮਾਈਨਿੰਗ ਨਹੀਂ ਸੀ ਹੁੰਦੀ, ਉਹਨਾਂ ਨੂੰ ਡੂੰਘਾਈ ਵੀ ਦਿਖਾ ਦਾਂਗੇ ਤੇ ਚੌੜਾਈ ਵੀ ਦਿਖਾ ਦਿਆਂਗੇ ਤੇ ਦੱਸ ਦਿਆਂਗੇ ਕਿ ਗੈਰ ਕਾਨੂੰਨੀ ਮਾਈਨਿੰਗ ਕੌਣ ਕਰਦਾ ਤੇ ਕਿੱਥੇ ਹੁੰਦੀ ਆ। ਇਸ ਲਈ ਮੈਂ ਤੁਹਾਡਾ ਸਭ ਦਾ ਸਾਰਾ ਪਾਰਟੀ ਦੇ ਦਰਜਾ ਬਦਰਜਾ ਆਪਣੀਆਂ ਭੈਣਾਂ ਦਾ, ਖਾਸ ਤੌਰ ਤੇ ਜਿਹੜੇ ਤੁਸੀਂ ਇੱਥੇ ਅੱਜ ਇਸ ਤਪਦੀ ਧੁੱਪ ਵਿੱਚ ਗਰਮੀ ਦੇ ਮੌਸਮ ਦੇ ਵਿੱਚ ਕੰਮਾਂ ਨੂੰ ਛੱਡ ਕੇ ਦਰੁਸਤ ਕਿਹਾ ਗਿਆ ਕਿ ਝੋਨਾ ਲੱਗ ਰਿਹਾ ਸਾਰੇ ਪੰਜਾਬ, ਪਰ ਤੁਸੀਂ ਫਿਰ ਵੀ ਇੱਥੇ ਆਏ ਹੋ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਤੇ ਮੇਰੀ ਫਤਿਹ ਦਾ ਪਿਆਰ ਨਾਲ ਜਵਾਬ ਉੱਚਾ ਦੇਣਾ, ਕਿਉਂਕਿ ਤੁਸੀਂ ਭਿੱਜੇ ਜੇ ਲੱਗਦੇ ਹੋ ਜਾਂ ਪਸੀਨੇ ਨਾਲ ਭਿੱਜ ਗਿਆ। ਏਦਾਂ ਨਾ ਕਰੋ, ਜਾਨ ਦੇਖੋ ਮੇਰੀ ਲੱਗੀ ਤੁਹਾਡੇ ਨਾਲ ਗੱਲ ਕਰਨ ਵਿੱਚ ਵੀ ਫਤਿਹ ਦਾ ਜਵਾਬ ਇਸ ਤਰ੍ਹਾਂ ਛੋਟੀਆਂ ਮੋਟੀਆਂ ਗੱਲਾਂ ਪਿੱਛੇ ਜਾਣ। ਵਾਹਿਗੁਰੂ ਜੀ ਕਾ